ਜਰੀਆ ਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਚੰਡੀਗੜ੍ਹ ਦੇ ਜੀ ਐਮ ਸੀ ਐਚ 32 ਹਸਪਤਾਲ ਦੇ ਵਿੱਚ ਰੂਟੀਨ ਸਰਜਰੀਆਂ ਹੋਣੀਆਂ ਸ਼ੁਰੂ ਚੰਡੀਗੜ੍ਹ ਸਥਿਤ ਜੀਐਮਐਸਸੀਐਚ 32 ਦੇ ਵਿੱਚ ਓਪੀਡੀ ਖੁੱਲਣ ਲਈ ਅਜੇ ਹੋਰ ਇੰਤਜ਼ਾਰ ਕਰਨਾ ਪਵੇਗਾ ਡਾਇਰੈਕਟਰ ਡਾਕਟਰ ਜਸਬੀਰ ਕੌਰ ਦਾ ਕਹਿਣਾ ਹੈ ਕਿ ਕਰੋਨਾ ਮਰੀਜ਼ਾਂ ਦੇ ਵਿੱਚ ਕਮੀ ਆ ਰਹੀ ਆ ਅਸੀਂ ਲਗਾਤਾਰ ਸਹੂਲਤਾਂ ਵਧਾ ਰਹਿਆਂ ਅਸੀਂ ਪਹਿਲਾਂ ਰੂਟੀਨ ਸਰਜਰੀ ਸ਼ੁਰੂ ਕਰਨ ਜਾ ਰਹਿਆਂ ਜਿਸ ਵਿੱਚ ਅਸੀਂ ਮੀਟਿੰਗ ਕਰ ਰਹਿਆਂ ਕੋਵਿਡ ਕਾਰਨ ਸਿਰਫ ਐਮਰਜੈਂਸੀ ਸਰਜਰੀ ਹੀ ਕੀਤੀ ਜਾ ਰਹੀ ਸੀ ਹੁਣ ਰੂਟੀਨ ਸਰਜਰੀ ਨੂੰ ਅਸੀਂ ਅਹਿਮੀਅਤ ਦੇ ਰਹਿਆਂ ਜਦੋਂ ਤੱਕ ਮਰੀਜ਼ਾਂ ਦੀ ਗਿਣਤੀ ਅਤੇ ਇਨਫੈਕਸ਼ਨ ਦਰ ਬਹੁਤ ਘਟ ਨਹੀਂ ਹੋ ਜਾਂਦੀ OPD ਖੋਲਣ ਸੰਬੰਧੀ ਅਜੇ ਸੋਚਿਆ ਨਹੀਂ ਜਾ ਸਕਦਾ ਵੱਡਾ ਹਾਦਸਾ ਚੰਡੀਗੜ੍ਹ ਤੋਂ ਲੁਧਿਆਣਾ ਜਾ ਰਹੀ CTU ਬੱਸ ਪਲਟੀ ਮੱਚੀ ਹਾਹਾਕਾਰ ਦਰਜਨ ਤੋਂ ਵੱਧ ਲੋਕ ਜ਼ਖਮੀ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਦੀ ਬੱਸ ਪਲਟ ਜਾਣ ਨਾਲ ਦਰਜਨਾਂ ਲੋਕ ਜ਼ਖਮੀ ਹੋ ਗਏ ਕਈਆਂ ਦੇ ਗੰਭੀਰ ਸੱਟਾਂ ਲੱਗੀਆਂ ਕੁਝ ਨੂੰ ਮਾਮੂਲੀਆਂ ਦੱਸਿਆ ਜਾਂਦਾ ਹੈ ਕਿ ਇਹ ਬੱਸ ਚੰਡੀਗੜ੍ਹ ਤੋਂ ਪੰਜਾਬ ਆ ਰਹੀ ਸੀ ਕਿ ਰਸਤੇ ਦੇ ਵਿੱਚ ਅਚਾਨਕ ਬੇਕਾਬੂ ਹੋ ਕੇ ਸੜਕ ਤੇ ਹੀ ਪਲਟ ਗਈ ਜਿਆਦਾ ਜਾਣਕਾਰੀ ਲਈ ਵੀਡੀਓ ਦੇਖਣ ਵਾਸਤੇ ਬਸ ਦੀ ਚੈਨਲ ਤੇ ਪਾਈ ਹੋਈ ਵੀਡੀਓ ਤੁਸੀਂ ਚੈੱਕ ਕਰ ਸਕਦੇ ਹੋ ਸਹਾਇਕ ਲੈਂਡਮੈਨਾਂ ਵੱਲੋਂ ਹਾਈ ਵੋਲਟੇਜ ਲਾਈਨਾਂ ਤੇ ਕੰਮ ਨਾ ਕਰਨ ਦਾ ਐਲਾਨ ਪਾਵਰਕਾਮ ਸਬਡਿਵੀਜ਼ਨ ਗ੍ਰਿਡ ਮਹਿਲਕਲਾ ਵਿਖੇ ਸਹਾਇਕ ਲੈਂਡਮੈਨਾਂ ਵੱਜੋਂ ਆਪਣੀ ਡਿਊਟੀ ਕਰ ਰਹੇ ਸਹਾਇਕ ਲਾਈਨਮੈਨਾਂ ਨੇ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਰੋਸ ਪ੍ਰਦਰਸ਼ਨ ਕਰਦਿਆਂ ਸਹਾਇਕ ਲੈਨਮੈਨਾਂ ਦੀ ਮੰਗ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਮੰਗ ਕੀਤੀ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਵੱਲੋਂ ਸਹਾਇਕ ਲੈਨਮੈਨਾਂ ਨੂੰ 1100 ਹਾਈ ਵੋਲਟੇਜ ਲਾਈਨਾਂ ਤੇ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਫਗਵਾੜਾ ਦੇ ਵਿੱਚ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਨੇ Dalit ਵਿਰੋਧੀ ਟਿੱਪਣੀ ਤੇ ਰਵਨੀਤ ਬਿੱਟੂ ਦਾ ਫੂਕਿਆ ਪੁਤਲਾ ਸ਼੍ਰੋਮਣੀ ਅਕਾਲੀ ਦਲ ਅਤੇ ਬੌਧਜਨ ਸਮਾਜ ਪਾਰਟੀ ਫਗਵਾੜਾ ਵੱਲੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਵੱਲੋਂ ਸ਼ਰੀਆਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਦੀਆਂ ਸੀਟਾਂ ਨੂੰ ਬਸਪਾ ਦੇ ਖਾਤੇ ਵਿੱਚ ਦੇਣ ਦੇ ਉੱਤੇ ਵਰਤੇ ਅਪ ਸ਼ਬਦਾਂ ਤੇ ਰੋਸ ਵਜੋਂ ਫਗਵਾੜਾ ਵਿੱਚ ਕਾਂਗਰਸ ਸਰਕਾਰ ਦੇ ਖਿਲਾਫ ਬਿਆਨਬਾਜ਼ੀ ਨਾਰੇਬਾਜ਼ੀ ਕੀਤੀ ਗਈ ਅਤੇ ਦਲਿਤ ਵਿਰੋਧੀ ਦੱਸਦੇ ਹੋਏ ਬਿੱਟੂ ਦਾ ਪੁਤਲਾ ਵੀ ਫੂਕਿਆ ਗਿਆ ਦੋ ਸਿੱਖ ਭਰਾਵਾਂ ਦੇ ਕਤਲ ਮਾਮਲੇ ਵਿੱਚ ਸੁਖਬੀਰ ਬਾਦਲ ਨੇ ਉੱਤਰਾਖੰਡ ਦੇ ਸੀਐਮ ਨੂੰ ਕੀਤੀ ਮੰਗ ਬੀਤੇ ਦਿਨੀ ਉੱਤਰਾਖੰਡ ਦੇ ਪਿੰਡ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਸਿੱਖ ਭਰਾਵਾਂ ਦਾ ਕਤਲ ਕਰ ਦਿੱਤਾ ਗਿਆ ਸਾਰੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਨੂੰ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਟਵੀਟ ਦੇ ਵਿੱਚ ਬਾਦਲ ਨੇ ਕਿਹਾ ਕਿ ਉੱਤਰਾਖੰਡ ਦੇ ਇੱਕ ਪਿੰਡ ਵਿੱਚ ਖੇਤ ਵਿੱਚ ਦਿਨ ਦਿਹਾੜੇ ਦੋ ਨੌਜਵਾਨ ਸਿੱਖ ਭਰਾਵਾਂ ਦਾ ਗੋਲੀ ਮਾਰ ਦਿੱਤੀ ਗਈ ਕਿਉਂਕਿ ਇਸ ਘਟਨਾ ਨੇ ਪਾਈਚਾਰੇ ਵਿੱਚ ਬੇਚੈਨੀ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਮੈਂ ਮੁੱਖ ਮੰਤਰੀ ਤੀਰਥ ਸ਼ਿਰਾਵਤ ਨੂੰ ਇਹ ਸੁਨਿਸ਼ਚਿਤ ਕਰਨ ਲਈ پرزور اپیل ਕਰਦਾ ਕਿ ਇਸ ਅਪਰਾਧ ਦੇ ਦੋਚੀਆਂ ਨੂੰ ਬਿਨਾਂ ਦੇਰੀ ਗ੍ਰਿਫਤਾਰ ਕੀਤਾ ਜਾਵੇ ਝੋਨੇ ਦੇ ਸੀਜ਼ਨ 'ਚ بجلی سپلائی ਦੇ ਮਾੜੇ ਪ੍ਰਬੰਧਾ ਕਾਰਨ ਕਿਸਾਨ ਘਾਟੇ ਚੱਲਣ ਲਈ ਮਜਬੂਰ ਮਾਲੂਕਾ ਸੋ ਦੋਸਤੋ ਜੇਕਰ ਤੁਹਾਡੇ ਵਿਭਾਗ ਦੇ ਵੱਲੋਂ ਦਿੱਤੀ ਜਾਂਦੀ 8 ਘੰਟੇ ਬਿਜਲੀ ਪਹੁੰਚ ਰਹੀ ਆ ਤਾਂ ਕਮੈਂਟ ਸੈਕਸ਼ਨ 'ਚ ਯੈਸ ਲਿਖੋ ਜੇਕਰ ਨਹੀਂ ਪਹੁੰਚਦੀ ਤਾਂ ਨੋ ਲਿਖ ਸਕਦੇ ਹੋ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਏ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਲਈ ਬਿਜਲੀ ਸਪਲਾਈ ਦੇ ਮਾੜੇ ਪ੍ਰਬੰਧਾਂ ਦੀ ਜੋੜਦਾਰ ਨਕੀਦੀ ਕੀਤੀ ਇਸ ਨਾਲ ਸੂਬੇ ਤੇ ਤਬਾਹੀ ਭਰੇ ਨਤੀਜੇ ਨਿਕਲਦੇ ਹਨ ਭਾਰੀ ਜਾਰੀ ਕੀਤੇ ਗਏ ਇੱਕ ਬਿਆਨ ਦੇ ਵਿੱਚ ਸਾਬਕਾ ਮੰਤਰੀ ਅਕਾਲੀ ਦਲ ਤੇ ਕਿਸਾਨ ਵਿੰਗ ਦੇ ਪ੍ਰਧਾਨ ਸਰਦਾਰ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਕਾਂਗਰਸ ਸਰਕਾਰ ਚੋਣੇ ਦੇ ਸੀਜ਼ਨ ਦੇ ਪਹਿਲੇ 5 ਦਿਨਾਂ ਅੰਦਰ ਹੀ ਕਿਸਾਨਾਂ ਲਈ ਨਿਯਮਤ ਬਿਜਲੀ ਸਪਲਾਈ ਯਕੀਨੀ ਨਹੀਂ ਬਣਾ ਸਕੀ ਉਹਨਾਂ ਨੇ ਕਿਹਾ ਕਿ ਕੀਤੇ ਵਾਅਦੇ ਮੁਤਾਬਕ 8 ਘੰਟੇ ਬਿਜਲੀ ਦੇਣਾ ਤਾਂ ਦੂਰ ਦੀ ਗੱਲ ਸੂਬੇ ਦੇ ਕਈ ਭਾਗਾਂ ਚ ਪਿਛਲੇ 3 ਦਿਨਾਂ ਤੋਂ ਬਿਜਲੀ ਸਪਲਾਈ ਬਹਾਲ ਵੀ ਨਹੀਂ ਹੋਈ ਠੇਕੇ ਖੁੱਲ ਸਕਦੇ ਹਨ ਤੱਕ ਕੋਚਿੰਗ ਸੈਂਟਰ ਕਿਉਂ ਨਹੀਂ ਜਥੇਬੰਦੀਆਂ ਸਰਕਾਰ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਦੇ ਮਗਰੋਂ ਹੋਟਲ ਰੈਸਟੋਰੈਂਟ ਅਤੇ ਜਿਮ ਮਾਲਕਾਂ ਦੇ ਚਿਹਰੇ ਭਾਵੇਂ ਖੜੀਏ ਪਰ ਲੰਬੇ ਸਮੇਂ ਤੋਂ ਬੰਦ ਪਏ ਕੋਚਿੰਗ ਸੈਂਟਰ ਦੀਆਂ ਉਮੀਦਾਂ ਨੂੰ ਬੂਰ ਨਹੀਂ ਪਿਆ ਕੋਚਿੰਗ ਸੈਂਟਰਾਂ ਵੱਲੋਂ ਹਦਾਇਤਾਂ ਦੇ ਜਾਰੀ ਹੋਣ ਤੋਂ ਬਾਅਦ ਬੇਚੈਨੀ ਪਾਈ ਜਾ ਰਹੀ ਹੈ ਇਸੇ ਤਹਿਤ ਅੱਜ ਵੱਖ-ਵੱਖ ਕੋਚਿੰਗ ਸੈਂਟਰ ਜਥੇਬੰਦੀਆਂ ਨੇ ਕੋਚਿੰਗ ਸੈਂਟਰ ਮਾਲਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਤਹਿਤ 100 ਐਸੋਸੀਏਸ਼ਨ ਆਫ ਕੰਸਲਟੈਂਟ ਫਾਰ ਓਵਰ ਸੀ ਸਟੱਡੀਜ਼ ਦੇ ਪ੍ਰਧਾਨ ਜਸਪਾਲ ਸਿੰਘ ਸਕੱਤਰ ਦਵਿੰਦਰ ਕੁਮਾਰ ਐਗਜ਼ੀਕਟਿਵ ਮੈਂਬਰ ਨਿਤਨ ਚਾਵਲਾ ਨੇ ਕਿਹਾ ਕਿ ਆਈਲੈਟਸ ਟੈਸਟ ਦੇਣ ਵਾਲੀ ਸਥਾਨ ਜਲਦੀ ਖੋਲਣੇ ਚਾਹੀਦੇ ਹਨ ਕੋਚਿੰਗ ਸੈਂਟਰ ਨਾ ਖੋਲ ਕੇ ਸਰਕਾਰ ਕਰ ਰਹੀ ਆ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਲੋਕ ਸਭਾ ਮੈਂਬਰ ਨੂੰ ਮੰਗ ਪੱਤਰ ਮੰਗਾ ਨਾ ਮੰਨਣ ਦੇ ਐਸੋਸੀਏਸ਼ਨ ਵੱਲੋਂ ਸੰਘਰਸ਼ ਦੀ ਚੇਤਾਵਨੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਆਈਲੈਂਡਸ ਸੈਂਟਰ ਖੋਲੇ ਜਾਂ ਤਾਂ ਕਮੈਂਟ ਸੈਕਸ਼ਨ 'ਚ ਯੈਸ ਲਿਖੋ ਨਹੀਂ ਤਾਂ ਤੁਸੀਂ ਨੋ ਲਿਖ ਸਕਦੇ ਹੋ ਕਰੋਨਾ ਨੇ ਦੂਰ ਕੀਤੇ ਆਪਣੇ ਮਰੀਜ਼ ਦੀ ਮੌਤ ਦੇ 10 ਦਿਨਾਂ ਬਾਅਦ ਵੀ ਲਾਸ਼ ਲੈਣ ਨਹੀਂ ਪੁੱਜਾ ਪਰਿਵਾਰ ਜਲੰਧਰ ਤੋਂ ਖਬਰਾਂ ਜਿੱਥੇ ਹੁਣ ਤੱਕ ਕਈ ਦਿਲ ਨੂੰ ਝੰਡੋੜ ਦੇਣ ਵਾਲੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਇਸ ਲਾਗ ਦੀ ਬਿਮਾਰੀ ਦੇ ਚੱਲਦਿਆਂ ਕਈ ਅਜਹੀਆਂ ਤਸਵੀਰਾਂ ਵੇਖਣ ਨੂੰ ਮਿਲੀਆਂ ਹਨ ਜਿਨ੍ਹਾਂ ਦੇ ਵਿੱਚ ਇਨਸਾਨੀਅਤ ਸ਼ਰਮਸਾਰ ਹੋਈ ਆ ਭਾਵੇਂ ਪੰਜਾਬ ਯੂਪੀ ਹੋਵੇ ਦਿੱਲੀ ਕੋਈ ਵੀ ਅਜਿਹਾ ਸੂਬਾ ਨਹੀਂ ਜਿੱਥੇ ਕੋਰੋਨਾ ਵਾਇਰਸ ਦੇ ਕਾਰਨ ਇਨਸਾਨਾਂ ਨੂੰ ਸ਼ਰਮਸਾਰ ਕਰਨ ਦੀ ਘਟਨਾ ਸਾਹਮਣੀ ਨਾ ਆਵੇ ਮਿਲੀ ਜਾਣਕਾਰੀ ਦੇ ਮੁਤਾਬਕ ਜਲੰਧਰ ਸਿਵਲ ਹਸਪਤਾਲ ਦੇ ਵਿੱਚ ਨਿਰਮਲ ਸਿੰਘ ਪੁੱਤਰ ਹਰਵੰਸ ਸਿੰਘ ਵਾਸੀ ਕਪੂਰਥਲਾ ਜਲੰਧਰ ਨੂੰ 4 ਜੂਨ ਨੂੰ ਦਾਖਲ ਕਰਵਾਇਆ ਗਿਆ ਸੀ 5 ਜੂਨ ਦੀ ਸ਼ਾਮ ਨੂੰ ਉਸ ਦੀ ਮੌਤ ਹੋ ਗਈ 10 ਦਿਨ ਬੀਤਣ ਦੇ ਬਾਅਦ ਵੀ ਪਰਿਵਾਰ ਦਾ ਕੋਈ ਮੈਂਬਰ ਉਸ ਦੀ Laash ਲੈਣ ਨਹੀਂ ਆਇਆ ਦਾਖਲ ਕਰਵਾਉਣ ਸਮੇਂ ਹਸਪਤਾਲ ਪ੍ਰਸ਼ਾਸਨ ਵੱਲੋਂ ਕੀਤੇ ਗਏ ਪਰਿਵਾਰਕ ਮੈਂਬਰਾਂ ਦੇ ਫੋਨ ਨੰਬਰ ਵੀ ਬੰਦ ਆ ਰਹੇ ਹਨ ਜਤੀਪਿੰਡ ਪਹੁੰਚੀ ਸੈਨਿਕ ਦੇ ਮ੍ਰਿਤਕ ਦੇ 7 ਸਾਲਾ ਪੁੱਤ ਨੇ ਮੁੱਖ ਅਗਨੀ ਦੇ ਕੇ ਪਿਤਾ ਨੂੰ ਦਿੱਤੀ ਅੰਤਿਮ ਵਿਦਾਈ ਅਸਾਮ-ਚੀਨ ਬਾਰਡਰ ਤੇ ਸ਼ਨੀਵਾਰ ਨੂੰ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਖੇਤਰ ਦੇ ਪਿੰਡ ਗਨੂਰਾ ਦੇ 34 ਸਾਲਾ ਨੌਜਵਾਨ ਸੈਨਿਕ ਹੌਲਦਾਰ ਗੁਨੇਂਦਰ ਸਿੰਘ ਦੀ ਅੱਜ ਪਿੰਡ ਦੇ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਮ ਸੰਸਕਾਰ ਕਰ ਦਿੱਤਾ। ਅੰਤਮ ਯਾਤਰਾ 'ਚ ਸ਼ਾਮਲ ਹੋਏ ਰਾਜਸੀ ਤੇ ਸਮਾਜਿਕ ਸ਼ਖਸੀਅਤਾਂ ਦੇ ਤਹਿਤ ਸੈਂਕੜੇ ਲੋਕਾਂ ਨੇ ਸੇਜ ਲੱੱਖਾਂ ਨਾਲ ਉਸ ਨੂੰ ਅੰਤਮ ਵਿਦਾਇਗੀ ਦਿੱਤੀ। ਪੰਜਾਬ ਸਰਕਾਰ ਨੇ ਦਫ਼ਤਰਾਂ ਵਿੱਚ ਸਟਾਫ ਦੀ ਹਾਜ਼ਰੀ ਨੂੰ ਲੈ ਕੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ ਪੰਜਾਬ ਵਿੱਚ ਘਟ ਰਹੇ ਕਰੋਨਾ ਦੇ ਕੇਸਾਂ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਨੇ ਕਾਰਫਿਊ ਦੇ ਵਿੱਚ ਕਾਫੀ ਹੱਦ ਤੇ ਛੋਟ ਦੇ ਦਿੱਤੀ ਇਸ ਦੇ ਤਹਿਤ ਸਰਕਾਰ ਵੱਲੋਂ ਦਫ਼ਤਰਾਂ ਦੇ ਵਿੱਚ ਸਟਾਫ ਦੀ ਹਾਜ਼ਰੀ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਇਨ੍ਹਾਂ ਹਦਾਇਤਾਂ ਦੇ ਮੁਤਾਬਕ ਹੁਣ ਪ੍ਰਬੰਧਕੀ ਵਿਭਾਗ ਸਟਾਫ ਨੂੰ ਦਫ਼ਤਰ ਬੁਲਾਉਣ ਲਈ ਆਪਣੇ ਪੱਧਰ ਤੇ ਫੈਸਲਾ ਲੈਣਗੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਦਫ਼ਤਰਾਂ ਵਿੱਚ 50% ਦੀ ਸਟਾਫ ਨੂੰ ਦਫ਼ਤਰਾਂ 'ਚ ਕੰਮ ਕਰਨ ਦੀ ਇਜਾਜ਼ਤ ਹੈ ਇਸ ਤੇ ਮੁੜ ਵਿਚਾਰ ਕਰਦਿਆ ਸਰਕਾਰ ਵੱਲੋਂ ਪ੍ਰਬੰਧਕੀ ਵਿਭਾਗ ਨੂੰ ਹੁਣ ਆਪਣੇ ਅਧੀਨ ਆਉਂਦੇ ਵਿਭਾਗਾਂ ਵਿੱਚ ਕੋਵਿਡ ਕੇਸਾਂ ਤੇ ਸਮਾਜਿਕ ਦੂਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਦਫ਼ਤਰਾਂ ਵਿੱਚ ਸਟਾਫ ਬੁਲਾਉਣ ਸੰਬੰਧੀ ਆਪਣੇ ਪੱਧਰ ਤੇ ਫੈਸਲੇ ਲੈ ਸਕਣਗੇ। ਅੰਮ੍ਰਿਤਸਰ ਪੁਲਿਸ ਨੇ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਦੇ ਪੋਤੇ ਨੂੰ ਕੀਤਾ ਨਾਮਜ਼ਦ 15 ਕਰੋੜ ਦੇ ਨਸ਼ੀਲੇ ਕੈਪਸੂਲ ਦਾ ਮਾਮਲਾ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 15 ਕਰੋੜ ਦੇ ਨਸ਼ੀਲੇ ਕੈਪਸੂਲ ਬਰਾਮਦ ਕਰਨ ਦੇ ਮਾਮਲੇ ਵਿੱਚ 5 ਵਾਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਯਸ਼ਵੰਤ ਪਰਮਾਰ ਦੇ ਪੋਤੇ ਚੇਤਨ ਪਰਮਾਰ ਨੂੰ ਨਾਮਜ਼ਦ ਕੀਤਾ ਇਸ ਤੋਂ ਪਹਿਲਾਂ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਦਰਜਣ ਦੇ ਕਰੀਬ ਮੁਲਜ਼ਮਾਂ ਦੇ ਨਾਮ ਲੈ ਚੁੱਕੀ ਆ ਦਿਹਾਤੀ ਪੁਲਿਸ ਦੇ ਐਸਐਸਪੀ ਤਰੋਪਦਈਆ ਨੇ ਦੱਸਿਆ ਕਿ ਜਦੋਂ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਮਨੀਸ਼ ਮੋਹਨ ਪੌਂਟਾ ਸਾਹਿਬ ਹਿਮਾਚਲ ਦੇ ਵਸਨੀਕ ਅਤੇ ਪ੍ਰੇਮ ਚਾਹ ਜੋ ਦਿੱਲੀ ਦਾ ਰਹਿਣ ਵਾਲਾ ਦੇ ਨਾਮ ਸਾਹਮਣੇ ਦੋਵਾਂ ਦੇ ਨਾਮ ਤੇ ਅੰਮ੍ਰਿਤਸਰ ਦੀ ਕਟੜਾ ਸ਼ੇਰ ਸਿੰਘ ਮਾਰਕੀਟ ਚੋਂ ਨਸ਼ਾ ਵੇਚਣ ਵਾਲੇ ਸੰਨੀ ਤੋਂ ਪੁੱਛਗਿੱਛ ਕੀਤੀ ਗਈ ਇਸ ਮਾਮਲੇ ਵਿੱਚ ਪੰਜਾਬ ਅਤੇ ਹਿਮਾਚਲ ਵਿੱਚ ਛਾਪੇਮਾਰੀ ਕੀਤੀ ਗਈ ਕੇਸ ਵਿੱਚ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੇਕਰ ਸਰੋਤਾਂ ਦੀ ਮੰਨੀ ਅ ਤਾ ਚੇਤਨ ਪਰਿਵਾਰ 'ਤੇ ਇਲਜ਼ਾਮ ਹੈ ਕਿ ਉਸਨੇ ਕੇਸ ਦੇ ਵਿੱਚ ਲੱਖਾਂ ਦੀ ਫੰਡਿੰਗ ਕੀਤੀ ਸੀ 12ਵੇਂ ਦੇ ਨਤੀਜੇ ਦੀ ਪ੍ਰਕਿਰਿਆ ਨੂੰ ਲੈ ਕੇ ਸੀਬੀਐਸਸੀ ਕੱਲ ਸੌਂਪੇਗਾ ਸੁਪਰੀਮ ਕੋਰਟ ਨੂੰ ਰਿਪੋਰਟ 12ਵੇਂ ਦੇ ਨਤੀਜੇ ਦੇ ਪ੍ਰਕਿਰਿਆ ਪ੍ਰਕਿਰਿਆ ਦੇ ਸੰਬੰਧੀ ਆਪਣੀ ਰਿਪੋਰਟ ਸੁਪਰੀਮ ਕੋਰਟ ਨੂੰ ਅੱਜ ਸੌਂਪੀ ਜਾਵੇਗੀ ਕਾਉਂਸਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਪ੍ਰੀਖਿਆਵਾਂ ਨੂੰ 2 ਹਫ਼ਤੇ ਦਾ ਸਮਾਂ ਦਿੱਤਾ ਸੀ ਜੋ 12ਵੀਂ ਦੇ ਵਿਦਿਆਰਥੀਆਂ ਦੇ ਨਤੀਜੇ ਘੋਸ਼ਿਤ ਕਰਨ ਦੇ ਮਾਪਦੰਡਾ ਬਾਰੇ ਸੂਚਿਤ ਕਰੇ ਸੀਬੀਐਸਸੀ ਇਸ ਲਈ 4 ਜੂਨ ਨੂੰ 13 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਸੀ ਦੱਸਦੀ ਹੈ 20 ਜੂਨ ਨੂੰ 12ਵੀਂ ਦੇ ਨਤੀਜੇ ਦਾ ਐਲਾਨ ਸੀਬੀਐਸਸੀ ਵੱਲੋਂ ਕੀਤਾ ਜਾਵੇਗਾ ਵਿਦਿਆਰਥੀ 12ਵੀਂ ਦੇ ਨਤੀਜੇ 11ਵੀਂ ਅਤੇ 12ਵੀਂ ਦੇ ਅੰਦਰੂਨੀ ਅੰਕਾਂ ਦੇ ਆਧਾਰ ਤੇ ਦਿੱਤੇ ਜਾਣਗੇ ਤਖਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੀ ਮੀਟਿੰਗ ਵਿੱਚ ਨਵੇਂ ਹਸਪਤਾਲ ਅਤੇ ਮੈਡੀਕਲ ਕਾਲਜ ਨੂੰ ਮਿਲੀ ਪ੍ਰਵਾਨਗੀ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਇੱਕ ਅਹਿਮ ਆਨਲਾਈਨ ਮੀਟਿੰਗ ਭੁਪਿੰਦਰ ਸਿੰਘ ਮਨਹਾਸ ਦੀ ਪ੍ਰਧਾਨਗੀ ਵਿੱਚ 14 ਜੂਨ ਨੂੰ ਹੋਈ ਇਸ ਮੀਟਿੰਗ ਦੇ ਵਿੱਚ ਬੋਰਡ ਦੇ ਪ੍ਰਧਾਨ ਭੁਪਿੰਦਰ ਸਿੰਘ ਮਨਹਾਸ ਅਤੇ ਪ੍ਰਧਾਨ ਗੁਰਵਿੰਦਰ ਸਿੰਘ ਬਾਬਾ ਦੇ ਵੱਲੋਂ ਸਮੂਹ ਮੈਂਬਰਾਂ ਦੇ ਨਾਲ ਮਿਲ ਕੇ ਹਰਪਾਲ ਸਿੰਘ ਪਾਟੀਆਂ ਨੂੰ ਬੋਰਡ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਮੀਟਿੰਗ ਦੇ ਵਿੱਚ ਸਰਮਸੰਮਤੀ ਨਾਲ ਬੋਰਡ ਦਾ ਸਲਾਹਨਾ 2021-22 ਦਾ ਸਲਾਹਨਾ ਬਜਟ 65 ਕਰੋੜ 93 ਲੱਖ 20 ਹਜ਼ਾਰ ਰੁਪਏ ਪਾਸ ਕੀਤਾ ਗਿਆ। ਆਪੇਂਦਰ ਸਿੰਘ ਮਨਹਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਤਾ ਗੱਦੀ ਸਮਾਗਮ ਤਖਤ ਸਾਹਿਬ ਦੇ ਮਾਣਯੋਗ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਵੱਲੋਂ ਸੂਚ ਸਮੂਹ ਸੰਗਤਾਂ ਨੂੰ ਆਦੇਸ਼ ਜਾਰੀ ਕੀਤਾ ਗਿਆ ਸੀ ਕਿ ਸ੍ਰੀ ਹਜ਼ੂਰ ਸਾਹਿਬ ਦੀਆਂ ਸੰਗਤਾਂ ਨੂੰ ਸ਼ਹਿਰ ਵਿੱਚ ਮੈਡੀਕਲ ਸਹੂਲਤਾਂ ਨਾ ਹੋਣ ਕਰਕੇ ਬਾਹਰ ਇਲਾਜ ਲਈ ਜਾਣਾ ਪੈਂਦਾ ਇਸ ਲਈ ਇੱਕ ਹੁਣ ਮਲਟੀ ਸਪੈਸ਼ਲਿਸਟ ਹਸਪਤਾਲ ਖੋਲ੍ਹਿਆ ਜਾਵੇਗਾ ਰਾਣਾ ਗੁਰਮੀਤ ਸੋਦੀ ਨੇ ਪੰਜਾਬ ਦੇ ਖਿਡਾਰੀਆਂ ਨਾਲ 18 ਜੂਨ ਨੂੰ ਕਰਨਗੇ ਮੁਲਾਕਾਤ ਪੰਜਾਬ ਸਰਕਾਰ ਨੇ ਟੋਕੀਓ 올림픽ਸ ਦੇ ਵਿੱਚ ਭਾਗ ਲੈਣ ਜਾ ਰਹੇ ਪੰਜਾਬ ਦੇ ਖਿਡਾਰੀਆਂ ਦੀ ਹੌਸਲਾ ਫਜ਼ਾਈ ਲਈ 18 ਜੂਨ ਨੂੰ ਉਹਨਾਂ ਦੇ ਨਾਲ ਰੂਬਾਰੂ ਪ੍ਰੋਗਰਾਮ ਉਲੀਕਿਆ ਜਿਸ ਦੀ ਪ੍ਰਧਾਨਗੀ ਪੰਜਾਬ ਦੇ ਖੇਡ ਯੁਵਕ ਸੇਵਾਵਾਂ ਵਿਭਾਗ ਦੇ ਵਿਸ਼ੇਸ਼ ਸ਼ੀਅਸ ਕਤਰ ਕਮ ਡਾਇਰੈਕਟਰ ਡੀਪੀਐਸ ਖਰਬੰਦਾ ਨੇ ਦੱਸਿਆ ਕਿ ਕਰੋਨਾ ਸਬੰਧੀ ਮਹਾਮਾਰੀ ਦੇ ਮੱਦੇਨਜ਼ਰ ਸਮਾਗਮ ਵਰਚੂਅਲ ਤੌਰ ਤੇ ਕਰਵਾਇਆ ਜਾ ਰਿਹਾ ਸਰਬੱਤ ਸਿਹਤ ਬੀਮਾ ਯੋਜਨਾ ਦਾ ਈ ਕਾਰਡ ਨਾ ਚੱਲਣ ਤੇ ਵੀ ਲਾਭਪਾਤਰੀਆਂ ਦਾ ਇਲਾਜ ਮੁਹੱਈਆ ਕਰਵਾਉਣ ਦੇ ਆਦੇਸ਼ ਸਹਿਤ ਅਤੇ ਪਰਿਵਾਰ ਭਲਾਈ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਅਜੇ ਸਾਰੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਨੂੰ ਹਦਾਇਤ ਕੀਤੀ ਹੈ ਕਿ ਸਰਬੱਤ ਸਿਹਤ ਬੀਮਾ ਯੋਜਨਾ ਦੇ ਯੋਗ ਲਾਪਾਤਰੀ ਜਦੋਂ ਹਸਪਤਾਲ ਵਿੱਚ ਦਾਖਲ ਹੋਣ ਤਾਂ ਉਹਨਾਂ ਦਾ ਇਲਾਜ ਜਾਂ ਈ-ਕਾਰਡ ਨਾ ਚੱਲਣ ਤੇ ਮਾਮਲੇ ਵਿੱਚ ਵੀ ਇਲਾਜ ਸਹੂਲਤ ਮਹੱਈਆ ਕਰਵਾਨੀ ਉਹਨਾਂ ਨੇ ਕਿਹਾ ਜੀ ਲਾਪਾਤਰੀ ਦੇ ਈ-ਕਾਰਡ ਵਿੱਚ ਕੋਈ ਤਰੂਟੀ ਹੋਣ ਦੀ ਸੂਰਤ ਵਿੱਚ ਲਾਪਾਤਰੀ ਮਰੀਜ਼ ਦੇ ਇਲਾਜ ਤੋਂ ਬਾਅਦ ਇਸ ਨੂੰ ਦਰੁਸਤ ਕੀਤਾ ਜਾਵੇ ਕਿਉਂਕਿ ਈ-ਕਾਰਡ ਸਿਰਫ ਬੀਮਾ ਕੰਪਨੀ ਵੱਲੋਂ ਪ੍ਰਮਾਣਿਤ ਕੀਤੇ ਜਾਂਦੇ ਹਨ ਪ੍ਰਧਾਨ ਮੰਤਰੀ ਮੋਦੀ ਦਾ ਫਰੰਟਲਾਈਨ ਕਰਮਚਾਰੀਆਂ ਲਈ ਤੋਹਫਾ 18 ਜੂਨ ਨੂੰ ਕਸਟਮਾਈਜ਼ਡ ਕ੍ਰੈਸ਼ ਕੋਰਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨੇ ਕਰੋਨਾ ਕਰਮੀਆਂ ਲਈ ਨਵਾਂ ਤੂਫਾਨ ਲਿਆਉਣ ਦੇ ਜਾ ਰਹੇ ਹਨ 18 ਜੂਨ ਨੂੰ ਪ੍ਰਧਾਨ ਮੰਤਰੀ ਕੋਵਿਡ 19 ਦੇ ਫਰੰਟ ਲਾਈਨ ਵਰਕਰਾਂ ਦੇ ਲਈ ਇੱਕ ਕ੍ਰੈਮਡ ਕ੍ਰੈਸ਼ ਕੋਰਸ ਸ਼ੁਰੂ ਕਰਨ ਜਾ ਰਹੇ ਹਨ ਕਰੋਨਾ ਪੀਰੀਅਡ ਕਰਨ ਇਹ ਪ੍ਰੋਗਰਾਮ ਵੀਡੀਓ ਕਾਨਫਰੈਂਸਿੰਗ ਰਾਹੀਂ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਦੇ ਤਹਿਤ 26 ਰਾਜਾਂ ਵਿੱਚ 111 ਕੇਂਦਰ ਖੋਲੇ ਜਾਣਗੇ ਦੇਸ਼ ਭਰ ਦੇ ਵਿੱਚ 1 ਲੱਖ ਕੋਵਿਡ ਯੋਧਿਆਂ ਦੀ ਰਤਬਾ ਤੇ ਹੁਨਰ ਨੂੰ ਹੋਰ ਵਧਾ ਦਿੱਤਾ ਜਾਵੇਗਾ ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇਸ਼ ਨੂੰ ਸੰਬੋਧਨ ਕਰਨਗੇ ਇਸ ਪ੍ਰੋਗਰਾਮ ਦੇ ਤਹਿਤ ਕਰੋਨਾ ਯੋਧੇ 6 ਅਨੁਕੂਲਿਤ ਨੌਕਰੀਆਂ ਲਈ ਤਿਆਰ ਕੀਤੇ ਜਾਣਗੇ ਯੂਕੇ ਨੇ ਵਿਦਿਆਰਥੀਆਂ ਨੂੰ ਪੋਸਟ ਸਟੱਡੀ ਵਰਕ ਵੀਜ਼ੇ ਚੋ ਦਿੱਤੀ ਵੱਡੀ ਰਾਹਤ ਯੂਕੇ ਨੇ ਮਹਾਮਾਰੀ ਵਿਚਕਾਰ ਪੋਸਟ ਸਟੱਡੀ ਵਰਕ ਵੀਜ਼ੇ ਦੇ ਵਿੱਚ ਵੱਡੀ ਰਾਹਤ ਦਿੱਤੀ ਆ ਜਿਸ ਦਾ ਸਭ ਤੋਂ ਵੱਧ ਫਾਇਦਾ ਭਾਰਤੀ ਵਿਦਿਆਰਥੀਆਂ ਨੂੰ ਹੋਵੇਗਾ ਪਿਛਲੇ ਕੁਝ ਸਾਲਾਂ ਵਿੱਚ ਬ੍ਰਿਟਿਸ਼ ਯੂਨੀਵਰਸਿਟੀਆਂ ਵਿੱਚ ਦਾਖਲਾ ਲੈਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਵਿੱਚ ਵੱਡੀ ਗਿਣਤੀ ਚ ਭਾਰਤੀ ਰਹੇ ਹਨ ਪੀਐਸਡਬਲਯੂ ਵੀਜ਼ਾ ਤਹਿਤ ਵਿਦੇਸ਼ੀ ਪੜ੍ਹਾਈ ਲਈ ਪੂਰੀ ਕਰਨ ਦੇ 2 ਸਾਲ ਤਏ ਇੱਥੇ ਕੰਮ ਕਰ ਸਕਦੇ ਹਨ ਜਾਂ ਕੰਮ ਦੀ ਭਾਲ ਕਰ ਸਕਦੇ ਹਨ ਪੀਐਸਡਬਲਯੂ ਵੀਜ਼ਾ ਯੋਗਤਾ ਪ੍ਰਾਪਤ ਕਰਨ ਦੀ ਸੀਮਾ 27 ਸਤੰਬਰ ਤੱਕ ਵਧਾ ਦਿੱਤੀ ਇਸ ਸਾਲ ਪਿਛਲੇ ਸਾਲ ਯੂਕੇ ਦੇ ਗ੍ਰਹਿ ਮੰਤਰੀ ਪਟੇਲ ਨੇ ਸ਼ੁਰੂ ਕੀਤੀ ਸੀ ਲਾਕਡਾਊਨ ਦੀ ਵਜ੍ਹਾ ਨੂੰ ਦੇਖਦੇ ਹੋਏ ਇਸ ਨੂੰ ਵਧਾ ਦਿੱਤਾ ਗਿਆ ਵਿਜੀਲੈਂਸ ਟੀਮ ਨੇ ਪਟਵਾਰੀ ਨੂੰ 5000 ਰੁਪਏ ਦੀ ਰਿਸ਼ਵਤ ਲੈਦੇ ਰੰਗੇ ਹੱਤੀ ਕੀਤਾ ਗ੍ਰਿਫਤਾਰ ਵਿਜੀਲੈਂਸ ਬਿਊਰੋ ਬਠਿੰਡਾ ਵੱਲੋਂ ਪੁਸ਼ਪਿੰਦਰ ਪਟਵਾਰੀ ਹਲਕਾ ਰੁਖਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੂੰ ਸ਼ਿਕਾਇਤ ਕਰਤਾ ਗੁਰਚਰਨ ਸਿੰਘ ਪਾਸੋਂ 5000 ਰੁਪਏ ਦੀ ਰਿਸ਼ਵਤ ਹਾਸਲ ਕਰਨ ਉਪਰੰਤ ਗ੍ਰਿਫਤਾਰ ਕੀਤਾ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਦੇ ਸੀਨੀਅਰ ਕਪਤਾਨ ਪੁਲਿਸ ਡਾਕਟਰ ਨਰਿੰਦਰ ਭਾਰਗਵ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਗੁਰਚਰਨ ਸਿੰਘ ਪੁੱਤਰ ਬੋਗਾ ਸਿੰਘ ਵਾਸੀ ਰੁਖਾਲਾ ਤਹਿਸੀਲ ਗੱਦੜਬਾਹ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੇ ਵਿਜੀਲੈਂਸ ਪਾਸ ਸ਼ਿਕਾਇਤ ਕੀਤੀ ਕਿ ਉਸ ਦਾ ਪਿੰਡ ਕੋਟਪਾਈ ਦੇ ਰਕਬੇ ਨਾਲ ਸੰਬੰਧਿਤ 68 ਕਨਾਲਾ ਜ਼ਮੀਨ ਜੋਸ ਦੇ ਪਿਤਾ ਬੋਗਾ ਸਿੰਘ ਪੁੱਤਰ ਹਾਕਮ ਸਿੰਘ ਦੇ ਨਾਮ ਹੈ ਪਰ ਤਬਾਦਲਾ ਉਹਨਾਂ ਵੱਲੋਂ ਦਰਸ਼ਨ ਸਿੰਘ ਪੁੱਤਰ ਮੁਕੰਦ ਸਿੰਘ ਵਾਸੀ ਬੱਲੂਆਣਾ ਅਪੂਰ ਦੇ ਨਾਲ ਪਿੰਡ ਰੁਖਾਲਾ ਦੇ ਰਕਬੇ 'ਚ ਮੌਜੂਦ 68 ਕਨਾਲਾ ਜ਼ਮੀਨ ਦਾ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਉਹ ਰਿਸ਼ਵਤ ਮੰਗ ਰਿਹਾ ਸੀ ਪੰਜਾਬ ਦੇ ਵਿੱਚ ਜੋੜ ਤੋੜ ਦੀ ਸਿਆਸਤ ਸਿਰਜੇਗੀ ਨਵੇਂ ਸਮੀਕਰਨ ਪਾਰਟੀ ਬਦਲਣ ਦੀ ਕਾਹਲੇ ਕਈ ਆਗੂ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਹੁਣ ਕੁਝ ਸਮਾਂ ਬਚਿਆ ਹੈ ਚੋਣ ਮੈਦਾਨ ਦੇ ਵਿੱਚ ਆਉਣ ਵਾਲੀਆਂ ਪਾਰਟੀਆਂ ਨੇ ਕੰਮਰ ਕੱਸ ਲਈ ਹੈ ਬਸ ਆਤਸ਼ਾਹਣੀ ਸ਼ੁਰੂ ਕਰ ਦਿੱਤੀ ਹੈ ਜਲਦੀ ਹੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਸਮੀਕਰਨ ਬਦਲਣਗੇ ਤੇ ਪੁਚਾਲ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਕਾਲੀ ਦਲ ਨੇ ਬਾਜ਼ੀ ਮਾਰਦੇ ਹੋਏ ਭਾਜਪਾ ਨਾਲ ਸਮਝੌਤਾ ਕਰ ਲਿਆ ਹੈ ਤੇ ਇਹਨਾਂ ਚੋਣਾਂ ਦੀ ਅਗਾਮੀ ਤਿਆਰੀਆਂ ਕਰਦੇ ਹੋਏ ਬਿਗਲ ਵਜਾ ਦਿੱਤਾ ਇੱਥੋਂ ਤੱਕ ਕਿ ਟਿਕਟਾਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਮੌਕੇ ਪਾਕਿਸਤਾਨ ਨਹੀਂ ਜਾ ਸਕੇ ਸਿੱਖ ਸਰਦਾਰ ਲਵਾਂ ਦਾ ਜਥਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਮੌਕੇ ਪਾਕਿਸਤਾਨ ਗੁਰਦੁਆਰਾ ਸਥਿਤ ਡੇਰਾ ਸਾਹਿਬ ਲਾਹੌਰ ਦੇ ਵਿਖੇ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਕਰੋਨਾ ਲਾਗ ਦੀ ਬਿਮਾਰੀ ਕਰਨ ਇਜਾਜ਼ਤ ਨਹੀਂ ਮਿਲੀ ਪਾਕਿਸਤਾਨ ਸਰਕਾਰ ਨੇ ਕਰੋਨਾ ਲਾਗ ਦੀ ਬਿਮਾਰੀ ਨਾਲ ਸਿੱਖ ਜਥੇ ਦੇ ਪਾਕਿਸਤਾਨ ਦਾਖਲੇ ਨੂੰ ਮਨਜ਼ੂਰੀ ਨਹੀਂ ਦਿੱਤੀ ਰੇਲ ਯਾਤਰੀਆਂ ਲਈ ਕਰੋਨਾ ਕਾਲ ਦੇ ਵਿੱਚ ਚੰਗੀ ਖਬਰ ਸੋ ਯਾਤਰੀਆਂ ਲਈ ਇੱਕ ਚੰਗੀ ਖਬਰ ਸਾਹਮਣੇ ਆਈ ਆ ਲਾਕਡਾਊਨ ਦੇ ਚੱਲਦਿਆਂ ਡੇਢ ਮਹੀਨੇ ਤੋਂ ਬੰਦ ਅੰਮਾਲਾ ਰੇਲਵੇ ਸੇਵਾ ਮੁੜ ਬਹਾਲ ਹੋਵੇਗੀ ਅੰਮਾਲਾ ਦੀ ਟ੍ਰੇਨ ਪਟੜੀ ਤੇ ਉਤਰਨ ਜਾ ਰਹੀ ਆ ਤੇ ਅੰਮਾਲਾ ਦੇ ਰਸਤੇ ਆਉਣ ਜਾਣ ਵਾਲੀਆਂ ਟ੍ਰੇਨਾਂ ਜਿਨ੍ਹਾਂ ਦੇ ਵਿੱਚ ਕੁਝ ਹਫਤਾਵਾਰੀ ਤੇ ਕੁਝ ਪ੍ਰਤੀ ਦਿਨ ਚੱਲਣ ਵਾਲੀਆਂ ਰੇਲ ਗੱਡੀਆਂ ਹਨ 800 ਰੁਪਏ ਦਾ LPG ਸਿਲੰਡਰ ਸਿਰਫ 10 ਰੁਪਏ ਦੇ ਵਿੱਚ ਮੰਗਵਾਓ ਘਰ ਤੁਸੀਂ ਭੁਗਤਾਨ Paytm ਐਪ ਦੇ ਦੁਆਰਾ 30 ਜੂਨ 2021 ਤੱਕ ਕਰਕੇ LPG ਸਿਲੰਡਰ ਦੀ ਬੁਕਿੰਗ 800 ਰੁਪਏ ਤੱਕ ਦਾ ਕੈਸ਼ਬੈਕ ਪ੍ਰਾਪਤ ਕਰ ਸਕਦੇ ਹੋ ਭਾਰਤ ਗੈਸ HP ਗੈਸ ਇੰਡੀਅਨ ਗੈਸ Paytm ਨੇ ਇਹ ਸਹੂਲਤ ਦਾ ਲਾਭ ਲੈ ਸਕਦੇ ਨੇ ਇਸ ਮਹੀਨੇ ਵਿੱਚ ਜੂਨ 2021 ਨੂੰ 14.2 ਕਿਲੋਗ੍ਰam LPG ਸਿਲੰਡਰ ਦੀ ਕੀਮਤ 809 ਰੁਪਏ ਤੁਸੀਂ Paytm ਤੋਂ ਘਰੇਲੂ LPG ਸਿਲੰਡਰ ਬੁੱਕ ਕਰਨ ਤੇ 800 ਰੁਪਏ ਦਾ ਕੈਸ਼ਬੈਕ ਪ੍ਰਾਪਤ ਕਰ ਸਕਦੇ ਹੋ ਤੇ ਜਿਸ ਦੀ ਕੀਮਤ ਸਿਰਫ 9 ਰੁਪਏ ਰਹਿ ਜਾਵੇਗੀ ਇਹ ਤੁਸੀਂ 30 ਜੂਨ 2021 ਤੱਕ ਹੀ ਕਰ ਸਕਦੇ ਹੋ ਆਫਰ ਉਦੋਂ ਤੱਕ ਹੀ ਅਵੇਲੇਬਲ ਹੈ ਮੋਹਾਲੀ ਚ ਹਾਲਾਤ ਕਾਬੂ ਤੋਂ ਬਾਹਰ ਪੈਟਰੋਲ ਦੀਆਂ ਬੂਤਲਾਂ ਲੈ ਕੇ ਅਧਿਆਪਕਾਂ ਨੇ ਕੇਰੀ ਸਿੱਖਿਆ ਵਿਭਾਗ ਦੀ ਇਮਾਰਤ ਮੰਗਾਂ ਨੂੰ ਲੈ ਕੇ ਅਧਿਆਪਕਾਂ ਵੱਲੋਂ ਗੁੱਸਾ ਵੱਧਦਾ ਜਾ ਰਿਹਾ ਜੀ ਕੱਲ ਵੱਖ-ਵੱਖ ਜ਼ਿਲਾਂ ਦੇ ਵਿੱਚੋਂ ਆਏ ਮੰਗਾਂ ਨੂੰ ਲੈ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਫੇਜ਼ 8 ਦੇ ਵਿੱਚ ਸਿੱਖਿਆ ਸਕੱਤਰ ਦਫ਼ਤਰ ਦਾ ਘਰਾਓ ਕਰ ਦਿੱਤਾ ਗਿਆ ਪੰਜ ਜਥੇਬੰਦੀਆਂ ਦੀ ਤਰਫੋਂ ਪੰਜਾਬ ਸਰਕਾਰ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਜੀਂਦ ਦੇ ਖਟਕੜ ਟੋਲ ਪਲਾਜ਼ੇ ਤੇ ਚੱਲ ਰਹੇ ਧਰਨੇ 'ਚ ਕਿਸਾਨ ਕਿਸਾਨ ਵੱਲੋਂ ਆਤਮ ਹੱਤਿਆ ਮੰਗਲਵਾਰ ਦੀ ਰਾਤ ਨੂੰ 55 ਸਾਲਾ ਕਿਸਾਨ ਪਾਲਾ RAM ਨੇ ਜੀਂਦ ਦੇ ਪਿੰਡ ਖਟਕੜ ਟੋਲ ਪਲਾਜ਼ੇ ਤੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਧਰਨੇ ਵਾਲੀ ਥਾਂ ਤੇ ਜ਼ਹਿਰੀਲੀ ਚੀਜ਼ ਨਿਕਲ ਕੇ ਖੁਦ ਖੁਸ਼ੀ ਕਰ ਲਈ ਕੋਰਟਕਪੂਰਾ ਗੋਲੀकांड ਮਾਮਲਾ ਸਾਬਕਾ ਮੁੱਖ ਮੰਤਰੀ ਤੋਂ ਪੁੱਛਗਛ ਲਈ ਸਟ ਦੇ ਵੱਲੋਂ ਨਵੀਂ ਤਰੀਕ ਤੇ ਨਵੀਂ ਥਾਂ ਦਾ ਗਠਨ ਮਿਲਖਾ ਸਿੰਘ ਦੀ ਹਾਲਤ ਸਥਿਰ ਕੋਵਿਡ ਆਈਸੀਯੂ ਤੋਂ ਬਾਹਰ ਸੋ ਬਾਹਰ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਪਿਛਲੇ ਦਿਨੀ ਉਹ ਕੋਰੋਨਾ ਪੀੜਤ ਹੋ ਗਏ ਸਨ ਮੁੱਖ ਮੰਤਰੀ ਦੇ ਸਿਸਮਾ ਸਥਿਤ ਫਾਰਮ ਹਾਊਸ ਤੋਂ ਕੀਤੀ 16 ਵਿਧਾਇਕਾਂ ਨਾਲ ਮੁਲਾਕਾਤ ਇੱਕ ਪਾਸੇ ਜਿੱਥੇ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਤਲਬ ਕੀਤਾ ਜਾ ਰਿਹਾ ਦੂਜੇ ਪਾਸੇ ਮੁੱਖ ਮੰਤਰੀ ਦੇ बैठकਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ 16 ਵਿਧਾਇਕਾਂ ਨੇ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਕਿਹਾ ਜਾ ਰਿਹਾ ਹੈ ਕਿ ਲੰਚ ਡਿਪਲੋਮੇਸੀ ਤਹਿਤ ਬੁਲਾਈ ਗਈ ਇਸ ਬੈਠਕ 'ਚ ਮੁੱਖ ਮੰਤਰੀ ਨੇ ਵਿਧਾਇਕਾਂ ਤੇ ਮੰਤਰੀਆਂ ਦੀ ਮਨ ਦੀ ਗੱਲ ਸੁਣੀ ਤੇ ਕਿਸੇ ਤਰ੍ਹਾਂ ਦੇ ਵੀ ਗਿਲੇ ਸ਼ਿਕਵੇ ਦੂਰ ਕੀਤੇ ਜਾ ਸਕਣ ਅਗਲੀ ਵੱਡੀ ਖਬਰ ਦੋਸਤੋ ਮਾਮਲਾ ਟਿੱਕਰੀ ਬਾਰਡਰ ਤੇ ਜ਼ਬਰਜਨਾਦ ਹਾਈ ਕੋਰਟ ਨੇ ਪਿਆਉਤੀ ਦੀ ਗੱਲਬਾਤ ਦਾ ਰਿਕਾਰਡ ਕੀਤਾ ਤਲਬ ਯਾਦ ਰਹੇ ਲੜਕੀ ਦੀ ਕਰੋਨਾ ਇਨਫੈਕਟਡ ਹੋਣ ਕਾਰਨ ਮੌਤ ਹੋ ਗਈ ਸੀ ਪਰ ਉਸ ਦੇ ਪਿਤਾ ਨੇ ਲੜਕੀ ਨਾਲ ਜ਼ਬਰ ਜਨਾਹ ਹੋਣ ਦਾ ਦੋਸ਼ ਲਾਇਆ ਸੀ ਪਿਤਾ ਦੇ ਬਿਆਨ ਤੇ ਬਹਾਦਰਗੜ ਸ਼ਹਿਰ ਥਾਣੇ ਤੋਂ ਕੇਸ ਦਰਜ ਹੋਇਆ ਇਸ ਮਾਮਲੇ 'ਚ ਇੱਕ ਮੁਲਜ਼ਮ ਅੰਕੁਰ ਦੀ ਗ੍ਰਿਫਤਾਰੀ ਹੋਣ ਤੋਂ ਬਚਣ ਲਈ ਹਾਈ ਕੋਰਟ 'ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ ਹੈ 138 ਕਰੋੜ ਦੀ ਲਾਗਤ ਵਾਲਾ ਬੱਸੀ ਪਠਾਨਾ ਮੈਗਾ ਡੇਰੀ ਪ੍ਰੋਜੈਕਟ ਅਗਸਤ ਦੇ ਵਿੱਚ ਸ਼ੁਰੂ ਹੋਵੇਗਾ ਰੰਦਾਵਾ ਮਿਲਕ ਫੈਟ ਵੱਲੋਂ ਕਰੋਨਾ ਮਹਾਮਾਰੀ ਦੇ ਔਕੇ ਸਮੇਂ ਵਿੱਚ ਜਿੱਥੇ ਦੁੱਧ ਉਤਪਾਦਕਾਂ ਦੀ ਬਾਹ ਫੜੀ ਗਈ ਉੱਥੇ ਹੀ ਸੂਬੇ ਦੇ ਵਿੱਚ ਖਪਤਕਾਰਾਂ ਦੀ ਸਹੂਲਤ ਲਈ ਮਾਰਕੀਟ ਦੇ ਵਿੱਚ ਨਵੇਂ ਉਤਪਾਦਾਂ ਦੀ ਸ਼ੁਰੂਆਤ ਕੀਤੀ ਗਈ ਬਸੀ ਪਠਾਨਾ ਵਿੱਚ 138 ਕਰੋੜ ਦੀ ਲਾਗਤ ਨਾਲ ਸਥਾਪਿਤ ਕੀਤਾ ਮੈਗਾ ਡੇਰੀ ਪ੍ਰੋਜੈਕਟ ਮੁਕੰਮਲ ਹੋਣ ਦੇ ਅੰਤਿਮ ਪੜਾਤੇ ਤੇ ਹੈ ਇਸੇ ਸਾਲ ਅਗਸਤ ਮਹੀਨੇ ਵਿੱਚ ਸ਼ੁਰੂ ਹੋ ਜਾਵੇਗਾ ਕੋਵਿਡ ਦੀ ਤੀਜੀ ਲਹਿਰ ਨਾਲ ਨਜਿੱਠਣ ਦੇ ਲਈ ਮੁੱਖ ਮੰਤਰੀ ਨੇ ਬੁਨਿਆਦੀ ਢਾਂਚਾ ਬਣਾਉਣ ਦੇ ਦਿੱਤੇ ਨਿਰਦੇਸ਼ ਅਧਿਆਪਕਾਂ ਦੇ ਕੰਮਾ ਪ੍ਰਤੀ ਮੁੱਖ ਮੰਤਰੀ ਦਾ ਗੈਰ ਮਨੁੱਖੀ ਰਵੱਈਆ ਨਾਲ ਸੂਬੇ ਦੇ ਵਿੱਚ ਰੋਸ ਤਰਨ ਚੋਗ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰਨ ਚੋਗ ਨੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਬੇਰੋਜ਼ਗਾਰ ਅਧਿਆਪਕਾਂ ਦੇ ਪ੍ਰਤੀ ਕੈਪਟਨ ਦਾ ਰਵੱਈਆ ਕਠੋਰ ਬੇਰਹਿਮ ਤੇ ਗੈਰ ਮਨੁੱਖੀ ਕਰਾਰ ਦਿੱਤਿਆ ਕੈਪਟਨ ਦੀ ਸਖਤ ਨਿੰਦਾ ਕੀਤੀ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਸਰਕਾਰਾਂ ਉਨਤੇ ਬੇਰੋਜ਼ਗਾਰ ਦਲਿਤ ਅਧਿਆਪਕਾਂ ਨੂੰ ਮਿਲੇਗੀ ਨੌਕਰੀ ਸੁਖਬੀਰ ਬਾਦਲ ਦਾ ਦੋਸਤੋ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਧੰਨਵਾਦ